ਦੀਪਸਿੱਧੂ ਸੰਤ ਪਿੰਡਰਾਂ ਵਾਲਿਆਂ ਦੀ ਗੱਲ ਕਰਦੇ ਆ ਆਨੰਦਪੁਰ ਦੇ ਮਤਿਆਂ ਦੀ ਅਕਸਰ ਹੀ ਗੱਲ ਕਰਦੇ ਆ ਤੇ ਦੀਪਸਿੱਧੂ ਖਉ ਸਿੱਖੀ ਸਰੂਪ ਚ ਕਦੋਂ ਆਰੇ ਭਾਈ ਐ ਹੁੰਦਾ ਇਹ ਬਖਸ਼ਿਆ ਜਾਂਦਾ ਹੁੰਦਾ ਹਨਾ ਹਜੇ ਮੇਰੀਆਂ ਮੈਨੂੰ ਲੱਗਦਾ ਕੋਈ ਸਧਰਾ ਹੋਣਗੀਆਂ ਕੋਈ ਡਿਜ਼ਾਇਰਸ ਹੋਣਗੀਆਂ ਕਿਉਂਕਿ ਮੇਰਾ ਕਿੱਤਾ ਜਿਹੜਾ ਉਹ ਐਕਟਿੰਗ ਆ ਹਨਾ ਅਦਾਕਾਰ ਮੈਂ ਹੈਗਾ ਹਾਂਜੀ ਸੋ ਉਹ ਵੀ ਨਾਲ-ਨਾਲ ਚੱਲ ਰਿਹਾ ਫਿਰ ਜਦੋਂ ਅਕਾਲਪੁਰਖ ਵਾਹਿਗੁਰੂ ਇਹ ਗੱਲ ਇਹ ਇਹ ਦਾਤ ਬਖਸ਼ੂਗਾ ਹਾਂਜੀ ਉਦੋਂ ਸਿੱਖੀ ਸਰੂਪ ਵੀ ਆ ਜਾਊਗਾ ਸੋ ਇਸ ਕਰਕੇ ਹਜੇ ਹੀ ਬਹੁਤ ਤਰ੍ਹਾਂ ਦੀਆਂ ਕਮੀਆਂ ਲੈ ਕੇ ਚੱਲ ਰਹੇ ਆ ਪਰ ਉਹ ਕਮੀਆਂ ਸਮੇਂ-ਸਮੇਂ ਤੋਂ ਹੀ ਦੂਰ ਹੁੰਦੀਆਂ ਹੁੰਦੀਆਂ ਸੋ ਇਸ ਕਰਕੇ ਇਸ ਗੱਲ ਦੀ ਜਿਹੜੀ ਕੋਈ ਬਾਲੀ ਵੱਡੀ ਵਿਆਖਿਆ ਨਹੀਂ ਦਿੱਤੀ ਜਾ ਸਕਦੀ ਇਹ ਤੋਂ ਬਿਨਾ ਇਹ ਤੋਂ ਬਿਨਾ ਇਹਦੇ ਕਿਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਕਿ ਦੀਪ ਸਿੱਧੂ ਫਿਰ ਆਪਣਾ ਅਲੱਗ ਸਿਸਟਮ ਬਣਾਉਣ ਤੇ ਤੁਰਿਆ ਜਿਵੇਂ ਸ਼ੰਭੂ ਮੋਰਚੇ ਦੇ ਉੱਤੇ ਸੀ ਹੁਣ ਫਿਰ ਕਿਤੇ ਨਾ ਕਿਤੇ ਉਹ ਸੱਟ ਲਾਵੇਗਾ ਅੰਦੋਲਨ ਨੂੰ ਜਿਵੇਂ 26 ਜਨਵਰੀ ਨੂੰ ਲਾਈ ਨੇ 26 ਜਨਵਰੀ ਨੂੰ ਕੋਈ ਸੱਟ ਨਹੀਂ ਲਾਈ ਇਹ ਗੱਲ ਕਹ ਕਹਿ ਰਹੇ ਹਾਂ ਨਹੀਂ ਨਹੀਂ ਕਹ ਆਏ ਤਾਂ ਫਿਰ ਬੰਦੇ ਤਾਂ ਆਪਣੇ ਕਹਿੰਦੇ ਹੀ ਹੁੰਦੇ ਆ ਨਾ 26 ਜਨਵਰੀ ਨੂੰ ਦੀਪ ਸਿੱਧੂ ਨੇ ਕੋਈ ਸੱਟ ਨਹੀਂ ਲਾਈ ਉੱਥੇ ਹਜ਼ਾਰਾਂ ਲੱਖਾਂ ਬੰਦਾ ਸੀ ਚਾਰ ਪਾਸਿਓਂ ਬਾਰਡਰ ਤੋੜ ਕੇ ਆਏ ਸੀ ਇਹ ਤਾਂ ਕਿਸਾਨ ਜਥੇਬੰਦੀਆਂ ਜਾਂ ਸਾਡੇ ਕਿਸਾਨ ਲੀਡਰ ਸੀ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਬੰਦਿਆਂ ਦੇ ਨਾਲ ਖੜਨਾ ਉਹਨਾਂ ਦਾ ਸਾਥ ਦੇਣਾ ਉਹ ਤਾਂ ਰੋਕ ਰਹੇ ਸੀ ਨਾ ਕਿ ਉਸ ਦਿਨ ਆਪਾਂ ਜਾਣਾ ਨਹੀਂ ਲਾਲ ਕਿਲੇ ਵਾਲੀ ਸਾਈਡ ਰੂਟ ਸਰਕਾਰ ਦਾ ਇਖਤਿਆਰ ਕੀਤੇ ਤੇ ਜਾਣਾ ਹੁਣ ਸਰਕਾਰ ਦੇ ਖਿਲਾਫ ਲੜ ਰਹੇ ਹੋ ਤੇ ਸਰਕਾਰ ਦਾ ਇਖਤਿਆਰ ਕੀਤਾ ਹੋਇਆ ਰੂਟ ਉਹਦੇ ਤੇ ਤੁਸੀਂ ਜਾਣ ਦੀ ਗੱਲ ਕਰ ਰਹੇ ਹੋ ਉਸ ਰੂਟ ਤੇ ਜਿੱਥੇ ਅਗਲੇ ਐਸਿਡ ਤੇ ਪੈਟਰੋਲ ਬੰਬ ਬਣਾਈ ਬੈਠੇ ਸੀ ਉੱਥੇ ਉਹਨਾਂ ਨੇ ਅਟੈਕ ਕਰਨਾ ਸੀ ਦੂਜੀ ਗੱਲ ਉਸ ਰੂਟ ਤੇ ਜਿਹੜਾ ਦਿੱਲੀ ਦੀ ਨਿਆਈਂ ਚ ਗੇੜਾ ਦੇ ਕੇ ਮੁੜਨਾ ਸੀ ਫੇਰ ਇਹ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਕਾਲ ਸੀ ਵੀ ਲਾਲ ਕਿਲੇ ਪਹੁੰਚੋ ਤੁਸੀਂ ਭੰਦੇਰ ਸਾਹਿਬ ਦੀ ਇੰਟਰਵਿਊ ਸੁਣ ਲਓ ਤੁਸੀਂ ਮਨਜੀਤ ਰਾਏ ਉਹਨਾਂ ਦੀ ਇੰਟਰਵਿਊ ਸੁਣ ਲਓ ਤੁਸੀਂ ਹੋਰ ਛੜੂਨੀ ਸਾਹਿਬ ਜਾਂ ਸੁਰਜੀਤ ਫੂਲ ਜਾਂ ਹੋਰ ਜਿਹੜੇ ਬੰਦੇ ਸੀ ਉਹਨਾਂ ਦੇ ਉਦੋਂ ਇਨਸਟਰਕਸ਼ਨ ਸੁਣ ਲਓ 26 ਦੀਆਂ ਸਾਰੇ ਪਹੁੰਚੇ ਵੀ ਹੋਏ ਸੀ ਉੱਥੇ ਪਰ ਗੱਲ ਕੱਲੇ ਦੀਪ ਸਿੱਧੂ ਨੂੰ ਉਦੋਂ ਉਹਦੇ ਤੇ ਮੜੀ ਗਈ ਤੇ ਉਹਨੂੰ ਸਿਰਫ ਬਦਨਾਮ ਕਰਨ ਖਾਤਰ ਸਭ ਕੁਝ ਮੇਰੇ ਸਿਰ ਤੇ ਪਾਤਾ ਔਰ ਕੁਝ ਵੀ ਗਲਤ ਨਹੀਂ ਕੀਤਾ ਸਾਡੇ ਲੋਕਾਂ ਨੇ ਸੰਗਤ ਨੇ ਉੱਥੇ ਕੁਝ ਵੀ ਗਲਤ ਨਹੀਂ ਕੀਤਾ ਸੋ ਇਸ ਕਰਕੇ ਜਿਹੜੀ ਗੱਲ ਆ ਉਹਨੂੰ ਸਮਝਿਆ ਕਿਸੇ ਨੇ ਨਹੀਂ ਉਹਦਾ ਅਧਿਆਨ ਕਿਸੇ ਨੇ ਨਹੀਂ ਕੀਤਾ ਤੇ ਉਹਨੂੰ ਬਦਨਾਮੀ ਦੇ ਇੱਕ ਘੇਰੇ ਚ ਤੇ ਲੋਕਾਂ ਦੇ ਮਨਾਂ ਚ ਐਡਾ ਵੱਡਾ ਡਰ ਪੈਦਾ ਕਰ ਦਿੱਤਾ ਗਿਆ ਵੀ ਲੋਕ ਪਤਾ ਹੀ ਨਹੀਂ ਉਹਨਾਂ ਨੂੰ ਲੋਕਾਂ ਨੂੰ ਇਹ ਲੱਗਿਆ ਵੀ ਹੋ ਕੀ ਗਿਆ ਉਹਨਾਂ ਨੂੰ ਲੱਗਿਆ ਕੁਝ ਬੜਾ ਹੀ ਵੱਡਾ ਗਲਤ ਹੋ ਗਿਆ ਪਰ ਬਾਅਦ ਚ ਜਦੋਂ 5-7 ਦਿਨਾਂ ਬਾਅਦ ਗੱਲ ਸਮਝ ਆਈ ਫਿਰ ਲੋਕਾਂ ਨੂੰ ਇਹ ਗੱਲ ਸਮਝ ਆਈ ਵੀ ਗਲਤ ਤਾਂ ਕੁਝ ਵੀ ਨਹੀਂ ਹੋਇਆ ਸੀ ਆਖਰੀ ਸਵਾਲ ਹੈ ਮੇਰਾ ਦੀਪ ਸਿੱਧੂ ਨੇ ਲਾਲ ਕਿਲੇ ਤੇ ਪਹੁੰਚੇ ਝੰਡਾ ਲਹਿਰਾਇਆ ਗੱਲ ਬਾਬਾ ਬਘੇਲ ਸਿੰਘ ਦੀ ਵੀ ਬਾਅਦ ਦੇ ਵਿੱਚ ਹੁੰਦੀ ਰਹੀ ਬਾਬਾ ਬਘੇਲ ਸਿੰਘ ਨੇ ਜਦੋਂ ਲਾਲ ਕਿਲੇ ਤੇ ਝੰਡਾ ਲਹਿਰਾਇਆ ਤਾਂ ਛੱਡਿਆ ਸੀ ਜਦੋਂ ਸਹੀਦੀ ਸਾਨੂੰ ਜਿਹੜੇ ਜਗ੍ਹਾ ਸੀ ਸਾਡੇ ਗੁਰੂਆਂ ਦੀ ਉਹ ਮਿਲਣੀ ਅਸੀਂ ਕੀ ਪ੍ਰਾਪਤੀ ਕੀਤੀ ਲਾਲ ਕਿਲੇ ਦੇ ਪਹੁੰਚ ਦੇਖੋ ਗੱਲ ਕੀ ਹੁੰਦੀ ਆ ਤੁਸੀਂ ਸਿੰਬੋਲਿਕਲੀ ਸਰਕਾਰ ਨੂੰ ਜਗਾਉਣਾ ਹੁੰਦਾ ਹੈ ਹਨਾ ਪ੍ਰਾਪਤੀ ਕੀ ਹੁੰਦੀ ਆ ਪਰ ਉਹਦੇ ਲਈ ਤੁਹਾਡੀ ਲੀਡਰਸ਼ਿਪ ਦੀਆਂ ਲੱਤਾਂ 'ਚ ਭਾਰ ਚਾਹੀਦਾ ਸਿੰਬੋਲਿਕਲੀ ਜਦੋਂ ਭਗਤ ਸਿੰਘ ਗਿਆ ਸੀ ਨਾ ਅਸੈਂਬਲੀ ਤੇ ਬੰਬ ਸੱਟਣ ਤਾਂ ਉਸ ਵੇਲੇ ਜਦੋਂ ਉਹਦੇ ਸਾਥੀ ਸੀ ਜਾਂ ਲੀਡਰਸ਼ਿਪ ਸੀ ਉਹਨਾਂ ਨੇ ਕਿਹਾ ਵੀ ਅੰਨੀ ਬੋਲੀ ਸਰਕਾਰ ਨੂੰ ਜਾਗਣਾ ਪਊਗਾ ਤੇ ਸਾਨੂੰ ਆਜ਼ਾਦੀ ਦੇਣੀ ਪਊ ਪ੍ਰਾਪਤੀ ਜੇ ਉਹ ਅਸੀਂ ਉਦੋਂ ਕਹਿ ਦਿੰਦੇ ਕੀ ਪ੍ਰਾਪਤੀ ਸੀ ਭਾਈ ਪ੍ਰਾਪਤੀ ਕੀ ਹੁੰਦੀ ਆ ਥੋੜੀ ਲੀਡਰਸ਼ਿਪ ਨੇ ਨਾਲ ਖੜਨਾ ਹੁੰਦਾ ਲੋਕ ਤਾਂ ਹਮੇਸ਼ਾ ਹੀ ਨਹੀਂ ਹਮੇਸ਼ਾ ਸਾਥ ਦਿੰਦੇ ਆ ਕਦੇ ਪਿੱਠ ਨਹੀਂ ਦਿਖਾਉਂਦੇ ਤੇ ਉਹ ਸੰਗਤ ਨਹੀਂ ਕੀਤਾ ਸੀ ਸੰਗਤ ਰੂਪੀ ਗੱਲ ਹੋਈ ਸੀ ਲਾਲ ਕਿਲੇ ਚ ਜੋ ਹੋਈ ਆ ਜੇ ਕਿਤੇ ਸਾਡੇ ਸੰਘਰਸ਼ੀ ਜਾਂ ਸਾਡੀ ਲੀਡਰਸ਼ਿਪ ਉਹ ਨਾਲ ਖੜ ਜਾਂਦੇ ਤੇ ਸਰਕਾਰ ਦੀ ਬੋਲੀ ਨਾ ਬੋਲਦੇ ਤਾਂ ਪ੍ਰਾਪਤੀ ਤੁਹਾਨੂੰ ਦੋ ਦਿਨਾਂ ਚ ਹੀ ਦਿਖ ਜਾਣੀ ਸੀ ਪਰ ਹੁਣ ਵੀ ਪ੍ਰਾਪਤੀ ਇਹ ਆ ਵੀ ਇੱਕ ਜਿਹੜਾ ਇਤਿਹਾਸ ਰਚ ਗਏ ਆ ਅਸੀਂ ਤੁਸੀਂ ਆਉਣ ਵਾਲੇ ਦੇਣਾ ਤੇ ਜਦੋਂ 26 ਜਨਵਰੀ ਦੀ ਗੱਲ ਹੋਇਆ ਕਰੂਗੀ ਤੁਹਾਨੂੰ ਸਾਡੀ ਪ੍ਰਾਪਤੀ ਦੀ ਸਮਝ ਆ ਜਾਏਗੀ ਕਰੂਗੀ ਆਪਾਂ ਕੀ ਕੀਤੀ ਹੈ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤਾਂ ਐਸਨਦੀਪ ਸਿੱਧੂ ਇਨਾ ਕਿਹਾ ਕਿ ਲਾਲ ਕਿਲੇ ਤੇ ਜਾ ਕੇ ਅਸੀਂ ਬੜੀ ਵੱਡੀ ਪ੍ਰਾਪਤੀ ਕੀਤੀ ਹੈ ਜਿਹੜੀ ਆਉਣ ਵਾਲੇ ਸਮਿਆਂ ਦੇ ਵਿੱਚ ਸਮਝ ਆਵੇਗੀ ਅੱਜ ਇਹ ਗੱਲ ਦਾ ਨਹੀਂ ਪਤਾ ਲੱਗਾ ਨਾਲ ਹੀ ਅਸੀਂ ਉਹਨਾਂ ਤੋਂ ਪੁੱਛਿਆ ਕਿ ਲਾਲ ਕਿਲੇ ਦੇ ਉੱਪਰ ਜਾ ਕੇ ਜੇਕਰ ਵਾਕਈ ਬਾਬੇ ਬਘੇਲ ਸਿੰਘ ਵਾਲੀ ਗੱਲ ਸੀ ਤਾਂ ਲਾਲ ਕਿਲਾ ਛੱਡਿਆ ਕਿਉਂ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਬੜੇ ਤਰੀਕੇ ਨਾਲ ਇੱਕ ਸੰਬੋਲਕ ਤਰੀਕੇ ਨਾਲ ਅਸੀਂ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਕੈਮਰਾ ਪਰਸਨ ਜਸਵੀਰ ਮੱਤਾ ਦੇ ਨਾਲ ਮਨਿੰਦਰ ਜੀ ਸਿੱਧੂ ਲੋਕਵਾਜੀ ਟੀਵੀ ਬਠਿੰਡਾ